हाँ जी, पहला तो जी बुजुर्गो अपना नाम दसो जी। मेरा नाम प्रीतम सिंह है। प्रीतम सिंह, पिंड तुहाडा किहड़ा जी? देवाल। देवाल हुशियारपुर जलंधर रोड से। हाँ जी, जिहड़ा के सोनालिका फैक्ट्री कोल। हाँ जी, हुशियारपुर जिले दे विच। मैं असल जी तुहाडे कोल इस करके आया जी कि तुहाडे कोलों मैं पुराने देवाल दीआं गल्लां सुणीआं, किस तरह का पिंड सी, किहड़ियां किहड़ियां बरादरियां, किहड़े किहड़े लोक रहिंदे सी, किस तरह का मेल जोल सी। देखो जी, पिंड ਦਾ ਨਾਂ ਪਹਿਲਾਂ ਕਹਿੰਦੇ ਵੀ ਰਾਮਗੜ੍ਹ ਸੀ ਜੀ। ਇਹ ਰਾਮਗੜ੍ਹ ਸੀ ਅਤੇ ਪਿੰਡ ਉੱਥੇ ਸੀਗਾ, ਐਨ ਕਰਕੇ ਅੱਧਾ ਕਿਲੋਮੀਟਰ 'ਤੇ ਜੀ ਜੀ। ਅਤੇ ਉਹ ਫਿਰ ਇੱਥੇ ਬੜੇ ਬੜੇ ਲੋਕ ਰਹਿੰਦੇ ਸੀ, ਸਰਦਾਰ, ਅਤੇ ਉਹ ਕਿਸੇ ਬਾਇਸ ਨਾਮ ਨੂੰ ਵਜ੍ਹਾ ਉੱਜੜ ਗਏ ਜੀ। ਉਹ ਉੱਜੜ ਗਏ ਅਤੇ ਉਹ ਫਿਰ ਜਿਹਨੇ ਉੱਜੜ ਕੇ ਚਲੇ ਗਏ ਅਤੇ ਫਿਰ ਬੰਦਾ ਕੋਈ ਟਿਕੇ ਨਾ ਇੱਥੇ, ਅਤੇ ਲੋਕਾਂ ਉਹ ਕਹਿਣੇ ਦਿਆ ਦਾ ਪਿੰਡ ਹੋਇਆ, ਦੇ ਪੈਂਦੇ ਆ, ਆਹ ਹੁੰਦਾ ਇੱਥੇ, ਆਹ ਹੁੰਦਾ। ਅਤੇ ਉੱਥੇ ਸਾਡੇ ਇੱਥੇ ਪਿੰਡ ਦੀ ਇੱਕ ਹਿੰਦੂ ਬਰਾਦਰੀ ਦੀ ਝੀਰੀ ਸੀ, ਉਹਦਾ ਨਾਂ ਰੜੀ ਸੀਗਾ ਜੀ। ਅਤੇ ਉਹ ਅਸੀਂ ਕਹਿਣਾ ਨਹੀਂ, ਦੇ ਤੂੰ ਨਹੀਂ ਪੈਂਦੇ, ਪਰ ਉਹਨੂੰ ਕਈ ਵਾਰ ਅਸੀਂ ਉਹਦੇ ਅੰਦਰੋਂ ਇੱਕ ਕੋਠੀ ਦੇ ਵਿੱਚ ਅਤੇ ਕੰਧ ਦੇ ਵਿੱਚੋਂ ਫੜ ਕੇ ਅਲਫ ਨੰਗੀ ਨੂੰ ਕੱਢਿਆ। ਅੱਛਾ। ਅਤੇ ਅਸੀਂ ਕਿਹਾ ਵੀ ਭੂਆ, ਤੂੰ ਕਿਉਂ ਇੱਦਾਂ ਪਖੰਡਬਾਜ਼ੀਆਂ ਕਰਦੇ ਹੈ? ਇਹ ਕੋਈ ਦਿਆਂ ਦੇਵਤਿਆਂ ਦਾ ਕੰਮ ਨਹੀਂ ਜਿਹੜਾ ਇਹ ਕਰਦੇ ਹੈ, ਵੀ ਇਹ ਤਾਂ ਪਤਾ ਨਹੀਂ ਤੈਨੂੰ ਕੀ ਭੁੱਲ ਵਾ, ਫਿਰ ਤੇਰਾ ਕੁਝ ਦਿਮਾਗ ਖਰਾਬ ਹੋ ਜਾਂਦਾ। ਉਹ ਕਹਿੰਦੀ ਵੀ ਕਾਕਾ ਮੇਰੀ ਭੱਠੀ 'ਤੇ ਤੂੰ ਕੱਲ੍ਹ ਨੂੰ ਮੰਜਾ ਡਾਹ ਕੇ ਦੇਖਦੇ ਜੀ ਜੀ। ਮੈਂ ਡਰਦੇ ਨੇ, ਮੈਨੂੰ ਘਰਦਿਆਂ ਨੇ ਮੰਜਾ ਨਹੀਂ ਉੱਥੇ ਭੱਠੀ 'ਤੇ ਡਾਉਣ ਦਿੱਤਾ ਜੀ, ਵੀ ਇਹਨੂੰ ਨਾ ਕੁਛ ਹੋ ਜਾਏ ਜੀ ਜੀ। ਮੈਂ ਉੱਥੇ ਭੱਠੀ 'ਤੇ ਨਹੀਂ ਸੁੱਤਾ ਜੀ। ਉਹ ਫਿਰ ਲੋਕ ਇੱਥੋਂ ਸਾਡੇ ਪਿੰਡ ਦੇ ਉਹ ਜਿਹੜੇ ਰਾਮਗੜ੍ਹ ਰਾਮਗੜ੍ਹ ਕਹਿੰਦੇ ਸੀ, ਉਹ ਕਿਸੇ ਵਜ੍ਹਾ ਨਾਲ ਉੱਜੜ ਜੋ ਗਏ ਉੱਥੋਂ, ਤਾਂ ਫਿਰ ਇੱਥੇ ਲੋਕ ਵਸਣੇ 'ਚ ਦੋ ਚਾਰ ਹੋ ਗਏ, ਤਾਂ ਕੋਈ ਗੱਲ ਨਾ ਬਣੇ। ਅਤੇ ਇਹ ਮੇਰੇ ਤੋਂ ਪਹਿਲਾਂ ਹੀ ਇੱਥੇ ਸਾਡੇ ਇੱਕ ਖਾਨਗਾਹ ਹੈ, ਉਹ ਕਹਿੰਦੇ ਵੀ ਇੱਥੇ ਇੱਕ ਪੀਰ ਆਏ ਅੰਦਰੋਂ ਚੋਲ, ਉਹ ਕਹਿੰਦੇ ਕੀ ਗੱਲ ਇੱਥੇ ਲੋਕ ਹੈ ਥੋੜ੍ਹੇ ਆ, ਉਹ ਕਹਿੰਦੇ ਜੀ ਪਿੰਡ ਵੱਸਦਾ ਨਹੀਂ ਚੰਗੀ ਤਰ੍ਹਾਂ, ਪਤਾ ਨਹੀਂ ਕੀ ਗੱਲ ਜੀ। ਉਹਨਾਂ ਨੇ ਫਿਰ ਇੱਥੇ ਆਪਣਾ ਲਾ ਕੇ ਤੱਕੀਆ ਬਣਾ ਕੇ ਅਤੇ ਉੱਥੇ ਹੁੱਕਾ ਹੱਕਾ ਰੱਖ ਕੇ ਪੀਣ ਲੱਗ ਪਿਆ। ਉੱਥੇ ਤੱਕੀਏ ਦੀ ਜਗ੍ਹਾ ਹੈਗੀ ਹੈ 4-5 ਕਿਨਾਂ। ਅੱਛਾ ਜੀ। ਅਤੇ ਉਹ ਫਿਰ ਲੋਕ ਇੱਥੇ ਜੀ ਦਿਆਂ ਤੋਂ ਡਰਦੇ ਸੀਗੇ, ਲੋਕ ਕਹਿਣਗੇ ਉਹ ਕਹਿਣਗੇ ਅਸੀਂ ਕਹਿਤਾ ਦਿਆਂ ਨੂੰ ਨਹੀਂ ਆਉਣਗੇ ਇੱਥੇ ਜੀ, ਜੇ ਆਉਣਗੇ ਤਾਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਡਰੋ ਨਾ। ਉਹ ਫਿਰ ਲੋਕ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਆਉਂਦੇ ਆ ਗਏ, ਇਹ ਪਿੰਡ ਫਿਰ ਨਾਂ ਦੇਵਾਲ ਰੱਖ ਕੇ ਅਤੇ ਪਿੰਡ ਨੂੰ ਚਲਾਉਣ ਲੱਗ ਗਏ। ਅਤੇ ਇਹ ਤੁਹਾਡੇ ਤੋਂ ਪਹਿਲਾਂ ਦੀਆਂ ਗੱਲਾਂ? ਇਹ ਮੇਰੇ ਤੋਂ ਪਹਿਲਾਂ ਦੀਆਂ ਗੱਲਾਂ, ਮੇਰੀ ਉਮਰ 100 ਸਾਲ ਜੀ, ਇਹ ਮੇਰੇ ਤੋਂ ਪਹਿਲਾਂ ਦੀਆਂ ਗੱਲਾਂ ਜੀ ਜੀ ਜੀ। ਮੇਰੇ ਹੁੰਦਿਆਂ ਕੁਛ ਨਹੀਂ, ਮੇਰੇ ਹੁੰਦਿਆਂ ਤਾਂ ਇਹੀ ਆ ਵੀ ਉਹ ਜਿਹੜਾ ਤੱਕੀਆ ਬਣਾਇਆ, ਫਿਰ ਉਹ ਲੋਕ ਉੱਥੇ ਮੰਜਾ ਨਹੀਂ ਡਾਉਂਦੇ, ਅਤੇ ਉੱਥੇ ਮੇਲਾ ਵੀ ਕਰਾਉਂਦੇ, ਮੰਜਾ ਨਹੀਂ ਡਾਉਂਦੇ, ਅਤੇ ਚੜਾਵਾ ਚੜੂਬਾ ਚੜਦੇ ਚੜਾਉਂਦੇ, ਸੁੱਖਣਾ ਵੀ ਕਰਦੇ ਆ, ਲੋਕਾਂ ਦੀਆਂ ਪੂਰੀਆਂ ਵੀ ਹੁੰਦੀਆਂ ਹੋਣਗੀਆਂ ਜੀ। ਜੋ ਤੁਹਾਨੂੰ ਤੁਹਾਡੀ ਹੋਸ਼ ਜਦੋਂ ਹੋਈ ਤੁਹਾਨੂੰ, ਉਦੋਂ ਕਿੰਨੇ ਕੁ ਲੋਕ ਵੱਸਦੇ ਸੀ ਇਸ ਪਿੰਡ 'ਚ? ਮੈਂ ਤਾਂ ਇੱਥੇ ਮੁਸਲਮਾਨਾਂ ਦਾ ਪਿੰਡ ਸੀ ਇਹ ਜ਼ਿਆਦਾ। ਹਾਂ, ਮੁਸਲਮਾਨ ਰਾਹੀਂ ਸੀ ਮੈਂ ਜੋ ਕੁਛ ਦੇਖਿਆ ਜੀ ਜੀ। ਉਹ ਜਿਹੜੇ ਬੰਦੇ ਉੱਜੜ ਗਏ ਨਾ, ਉਹ ਸਰਦਾਰ ਹੋਣਗੇ ਜੀ, ਪਰ ਆਹ ਜਿਹੜੇ ਮੈਂ ਦੇਖੇ ਆ ਮੇਰੀ ਜ਼ਿੰਦਗੀ 'ਚ, ਮੇਰੇ ਦੇਖਦੇ ਇੱਥੇ ਉਹ ਜਿਹੜੇ ਬੰਦੇ ਸੀਗੇ, ਉਹ ਸੀਗੇ ਰਾਈ ਸੀ, ਅਤੇ ਤਕਰੀਬਨ ਸਾਰਾ ਪਿੰਡ ਦੀ ਜ਼ਮੀਨ ਉਹਨਾਂ ਕੋਲ ਸੀਗੀ। ਇਹ ਸਾਰੀ ਪਿੰਡ ਦੀ ਜ਼ਮੀਨ ਰਾਈਆਂ ਪਾਸੇ, ਰਾਈ ਇੱਥੇ ਦੇ ਮਾਲਕ ਸੀਗੇ ਜੀ। ਉਹ ਰਾਈਆਂ ਨੇ ਉਹ ਫਿਰ ਜੇਲ੍ਹ ਬਟਵਾਰਾ ਹੋਇਆ
ਅਤੇ ਰਾਹੀਂ ਮੁਸਲਮਾਨ ਸੀ ਉਹ ਚਲੇ ਗਿਆ ਪਾਕਿਸਤਾਨ ਅਤੇ ਸਰਕਾਰ ਨੇ ਕਾਨੂੰਨ ਬਣਾ ਤਾ ਵੀ ਇੱਥੇ ਜ਼ਮੀਨ ਜਿਹੜੀ ਆ ਬਾਦਲ ਕਿਹਾ ਵੀ ਐਸੀਆਂ ਨੂੰ ਦਿੱਤੀ ਜਾਵੇ। ਠੀਕ, ਮੈਂ ਐਸੀ ਸੀਗਾ, ਮੈਨੂੰ ਵੀ ਨਹੀਂ ਜ਼ਮੀਨ ਥੋੜ੍ਹੀ ਜਿਹੀ ਦੇ ਦਿੱਤੀ। ਠੀਕ, ਉਹ ਫਿਰ ਬਾਕੀ ਦੇ ਜਿਹੜੇ ਐਸੀ ਸੀ ਉਹ ਪੈਸੇ ਮੇਰੇ 'ਤੇ ਲੈ ਲੈ ਕੇ ਤਾਂ ਭੱਜ ਭੁੱਜ ਗਏ, ਕਹਿੰਦੇ ਯਾਰ ਇੱਥੇ ਚੋਚ ਕੀ ਹੋਣਾ, ਅਤੇ ਉਹ ਜ਼ਮੀਨ 100 ਕਿੱਲਾ ਮੇਰੇ ਪਾ ਹੈਗੀ ਹੈ ਮੈਨੂੰ ਦੇ ਗਿਆ ਜੀ, ਆਪ ਉਹ ਚਲੇ ਗਏ ਅਤੇ ਮੈਂ ਹੁਣ ਇੱਥੇ ਰਹਿੰਦਾ ਅਤੇ ਮੈਨੂੰ ਕੋਈ ਤਕਲੀਫ ਨਹੀਂ ਅਤੇ ਮੈਂ ਬਿਲਕੁਲ ਜਿਹੜੇ ਬਜ਼ੁਰਗ ਜਿਹੜੇ ਉਦੋਂ ਰਾਈ ਸੀਗੇ, ਹਾਂਜੀ, ਉਹਨਾਂ ਦਾ ਤੁਹਾਡਾ ਕਿੱਦਾਂ ਦਾ ਮੇਲ ਜੋਲ ਸੀ? ਮੇਲ ਜੋਲ ਬਹੁਤ ਖਰਾ ਸੀ, ਬੰਦੇ ਬਹੁਤ ਖਰੇ ਸੀਗੇ, ਚੰਗੇ ਸੀਗੇ, ਪਰ ਇੱਕ ਗੱਲ ਉਸ ਬਹੁਤ ਸੀਗਾ ਫਰਕ, ਵੀ ਜਾਤੀਵਾਦ ਦਾ ਫਰਕ ਸੀਗਾ। ਨਹੀਂ, ਮੁਸਲਮਾਨ ਵੀ ਜਾਤੀਵਾਦ ਨੂੰ ਮੰਨਦੇ ਸੀ? ਮੁਸਲਮਾਨ ਵੀ ਜਾਤੀਵਾਦ ਨੂੰ ਮੰਨਦੇ, ਹਾਲਾਂਕਿ ਕਿਹਾ ਜਾਂਦਾ ਵੀ ਇਸਲਾਮ ਦੇ ਵਿੱਚ ਜਾਤੀਵਾਦ ਨਹੀਂ ਹੈਗਾ। ਨਹੀਂ, ਦੇਖੋ ਜੀ, ਗੱਲ ਜਾਤੀਵਾਦ ਹੈਗਾ, ਗੱਲ ਇੱਥੋਂ ਆ ਕੇ ਜਾਤੀਵਾਦ ਖਤਮ ਹੋਇਆ ਜਦ ਕਾਂਗਰਸ ਰੌਲਾ ਪਿਆ ਵੇ, ਬਈ ਕੋਈ ਜਾਤ ਪਾਤ ਨਹੀਂ, ਖਾਨਾ ਉਡਾਤਾ, ਅਤੇ ਉਦੋਂ ਲੋਕ ਵੀ ਕੁਛ, ਅਤੇ ਉੱਦਾਂ ਤੁਹਾਨੂੰ ਮੇਲ ਜੋਲ ਸੀਗਾ ਰਾਈਆਂ ਨਾਲ? ਹਾਂ, ਮੇਲ ਜੋਲ ਜਾਂਦੇ ਆਉਂਦੇ, ਖਾਂਦੇ ਪੀਂਦੇ ਬਹਿੰਦੇ। ਤੁਹਾਡੇ ਦੋਸਤ ਸੀਗੇ ਕੁਛ? ਹੈਂਜੀ, ਤੁਹਾਡੇ ਦੋਸਤ? ਹਾਂ ਸੀਗੇ। ਨਾਂ ਚੇਤੇ ਉਹਨਾਂ ਦੇ ਅੱਜ? ਹਾਂ, ਦੱਸੋ ਤਾਂ ਵੀ ਕੁਝ ਨਾਮ। ਨਾਂ ਜੀ, ਇੱਕ ਤਾਂ ਖੈਰਾ ਸੀਗਾ। ਖੈਰਾ? ਹਾਂ ਜੀ। ਇੱਕ ਮਜੀਦ ਸੀਗਾ ਜੀ। ਇੱਕ ਹੋਰ ਲੰਬੜ ਸੀਗਾ। ਕਿਹੜਾ ਜੀ? ਉਮਰਦੀਨ ਲੰਬੜ। ਉਮਰਦੀਨ ਲੰਬੜ? ਇੱਕ ਜਮਾਲ ਸੀਗਾ ਜੀ ਜੀ ਜੀ। ਅਤੇ ਇੱਕ ਗੁਲਾਬ ਸੀ, ਮਹਿਤਾਬ ਸੀ। ਵਾਜਵਾ। ਅਤੇ ਗੁਲਾਬ ਮਹਿਤਾਬ ਗੁਲਾਮ ਗੌਸ ਜੀ ਅਤੇ ਜਾਨਾ ਵਾਜਵਾ। ਇੱਦਾਂ ਕਾਫੀ ਮੈਨੂੰ ਨਾਂ ਯਾਦ, ਉਮਰ ਜ਼ਿਆਦਾ ਹੋਣੇ ਕਰਕੇ ਨਾ ਫਿਰ ਮੈਂ ਭੁੱਲ ਜਾਂਦਾ। ਨਹੀਂ ਠੀਕ ਹੈ, ਤੁਹਾਡੀ ਨਹੀਂ ਨਹੀਂ ਉਮਰ ਦੀ ਗੱਲ ਹੀ, ਤੁਹਾਡੀ ਯਾਦਾਸ਼ਤ ਬਹੁਤ ਯਾਦ ਹੈ, ਇੰਨੇ ਨਾਂ ਨਹੀਂ ਚੇਤੇ ਹੁੰਦੇ। ਮੈਂ ਬਹੁਤ ਬਜ਼ੁਰਗਾਂ ਨੂੰ ਮਿਲਦਾ, ਤੁਹਾਨੂੰ ਕਾਫੀ ਨਾਮ ਚੇਤੇ ਆ। ਇਹਨਾਂ 'ਚ ਸਭ ਤੋਂ ਜ਼ਿਆਦਾ ਪਿਆਰ ਤੁਹਾਡਾ ਕਿਹਦੇ ਨਾਲ ਸੀ? ਮੇਰਾ ਪਿਆਰ ਸਭ ਤੋਂ ਜ਼ਿਆਦਾ ਮੁਸਲਮਾਨਾਂ ਨਾਲ ਪਿਆਰ ਕਾਹਦਾ ਹੋਣਾ, ਉਹ ਖਾ ਲੈਂਦੇ ਸੀ ਮੀਟ ਮੂਟ, ਅਸੀਂ ਖਾਂਦੇ ਨਹੀਂ ਸੀ, ਛੱਡਕੇ ਸੀ, ਜ਼ਿਆਦਾ ਮਿਲਾਪ ਨਹੀਂ ਸੀ ਕਰਦੇ, ਬੁੱਚੜ ਖਾਣਾ ਖਾਂਦੇ। ਠੀਕ, ਅਸੀਂ ਵੈਸੇ ਤਾਂ ਸਾਰੇ ਨਾਲ ਹੀ, ਹਾਂਜੀ ਜੀ ਆਓ ਮਾਰੇ ਚੌਧਰੀ ਜੀ ਬੈਠੋ ਜੀ। ਹੁਣ ਅੱਗੇ ਵਾਲੀ ਗੱਲ ਹੈ, ਠੀਕ ਆ, ਹੁਣ ਸਾਡੇ ਜਿਹੜੇ ਭਾਈ ਇੱਥੇ ਰਹਿੰਦੇ ਆ ਉਹਨਾਂ 'ਚ ਕੋਈ ਭੇਦਭਾਵ ਨਹੀਂ, ਇੱਥੇ ਸਾਡੇ ਕੋਲ ਬਹਿੰਦੇ, ਸਾਡੇ ਕੋਲ ਰਹਿੰਦੇ, ਸਾਡੇ ਕੋਲ ਆਉਂਦੇ ਆ। ਜ਼ਮੀਨ ਉਹ ਜਿਹੜੀ ਵਾਧੂ ਸੀਗੀ ਉਹ ਮੈਨੂੰ ਤਾਂ ਮੈਂ ਮੇਲ ਪਾਇਆ। ਪੌਣੇ 4 ਵਜੇ ਸਾਡੇ ਨੇੜੇ ਸਟੇਸ਼ਨ ਹੈ ਨਸਰਾਲੇ ਦਾ ਜੀ ਜੀ, ਅਸੀਂ ਸਟੇਸ਼ਨ ਦੇ ਸਾਹਮਣੇ ਸੜਕ ਸਾਡੇ ਪਿੰਡ ਨੂੰ ਆਉਂਦੀ ਹੈ, ਉਹ ਰਾਤ ਨੂੰ 4 ਵਜੇ ਦੀ ਗੱਡੀ ਸਾਡੇ ਪਿੰਡ ਦੇ ਜਿੰਨੇ ਮੁਸਲਮਾਨ ਸੀ ਉਹ ਮੈਂ ਉਹਨਾਂ ਨੂੰ ਚੜ੍ਹਾ ਕੇ ਆਇਆ। ਤੁਸੀਂ ਆਪ ਚੜ੍ਹਾ ਕੇ ਆਏ? ਹਾਂ, ਵੀ ਆਓ ਚਲੋ, ਤੁਸੀਂ ਜੇ ਰੱਦ ਬਦਲ ਹੋ ਗਏ ਤਾਂ ਤੁਸੀਂ ਅਮਨ ਨਾ ਪਾਕਿਸਤਾਨ ਚੱਲੋ। ਵੈਰੀ ਗੁੱਡ, ਇਹ ਸਾਡੇ ਬਹੁਤ ਵਧੀਆ ਕੰਮ ਕੀਤਾ ਤੁਸੀਂ। ਹਾਂ, ਇਹ ਕਿੰਨੇ ਕੁ ਦੇਰ, ਮਤਲਬ ਇਹ ਤੁਸੀਂ ਥੋੜ੍ਹਾ ਪਹਿਲਾਂ ਤੋਰ ਦਿੱਤੇ ਜਾਂ ਉਦੋਂ ਐਨ ਰੌਲਿਆਂ ਵਿੱਚ? ਬਿਲਕੁਲ ਨਹੀਂ ਸੀ ਰੌਲੇ ਪਏ, ਜੇਲ੍ਹ ਮੈਂ ਤੋੜੇ। ਉਹ ਥੋੜੇ ਘੱਟ ਸੀ, ਉਹ ਅਮਨ ਮਾਨਣਾ ਪਹੁੰਚ ਗਏ। ਤੁਸੀਂ ਕਿੰਨੇ ਕੁ ਜਾਣੇ ਸੀ ਉਹਨਾਂ ਨੂੰ ਤੋਰਨ ਗਏ? ਭਾਅ ਜੀ ਮੈਂ ਤਾਂ ਇਕੱਲਾ ਹੀ ਸੀ, ਡਰ ਹੀ ਕੋਈ ਨਹੀਂ ਸੀ। ਅਸੀਂ ਤਾਂ ਪਿੰਡ 'ਚੋਂ ਸਾਡੇ ਐਂ ਹੱਥ ਕੱਢਦੇ ਸੀ ਅਤੇ ਹੱਥ ਨਹੀਂ ਸੀ ਕੋਈ ਸਾਡਾ ਉਠਾਉਂਦਾ, ਸਾਡੇ ਪਾਸਲਾ ਸੀਗਾ, ਸਾਡੇ ਬੰਦੇ ਸੀ ਉਦੋਂ ਵੀ। ਉਦੋਂ ਵੀ? ਹਾਂ ਹਾਂ। ਅੱਛਾ ਅੱਛਾ। ਅਤੇ ਉਹ ਸਾਡਾ ਘਰ ਚੰਗਾ ਚੱਲਦਾ ਪੁਰਜਾ ਸੀ, ਅਸੀਂ ਨਹੀਂ ਸੀ। ਤੁਹਾਡੀ ਗੋਤ ਕੀ ਆ ਜੀ ਇੱਥੇ ਦੀ? ਤੁਹਾਡੀ ਗੋਤ ਕੀ ਆ? ਸਾਡੀ ਛਿੱਬਰ ਗੋਤ। ਛਿੱਬਰ? ਠੀਕ 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 ਤੁਹਾਡਾ ਜੱਦੀ ਪਿੰਡ ਇਹੀ ਸੀ?
ਸਾਡੇ ਜੱਦੀ ਪਿੰਡ ਜਦੋਂ ਇੱਥੇ ਪਿੰਡ ਵਸਿਆ ਤੇ ਅਸੀਂ ਚਾਰ ਘਰ ਆਏ ਸ਼ਿਬਰਾਂ ਦੀ ਨਹੀਂ ਜਿਹੜੇ ਸਾਡੇ ਆਪਣੇ ਸਕੂਲਾਂ ਦੇ ਡੀ ਪੀ ਆਈ ਰਹੇ ਆ ਉਹਨਾਂ ਦੀ ਰਿਸ਼ਤੇਦਾਰੀ ਵੀ ਇਸ ਪਿੰਡ ਸੀਗੀ ਕਿ ਤੁਹਾਡੇ ਘਰ ਚ ਨਹੀਂ ਸੀ ਮੇਰੇ ਘਰ ਚ ਹੀ ਸੀ ਰਾਮ ਕ੍ਰਿਸ਼ਨ ਹਾਂਜੀ 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 ਰਾਮ ਕ੍ਰਿਸ਼ਨ ਤੁਹਾਡੇ ਘਰ ਚ ਸੀ ਜੀ ਮੇਰਾ ਤੁਸੀਂ ਸਹੀ ਸਲਾਮਤ ਤੋਰ ਦਿੱਤੇ ਮੁੜ ਕੇ ਕੋਈ ਚਿੱਠੀ ਚੁੱਠੀ ਆਈ ਚਿੱਠੀ ਨੀ ਯਾਰ ਪਾਉਂਦੇ ਦੇਖੋ ਇੰਨੇ ਪਿਆਰ ਨਾਲ ਤੋਰੇ ਵੀ ਇੱਥੇ ਦਾ ਐਡਰੈਸ ਤੁਹਾਨੂੰ ਪਤਾ ਆ ਹਾਂਜੀ ਹਾਂਜੀ ਤੁਸੀਂ ਕਿਉਂ ਘਬਰਾਉਂਦੇ ਤੂੰ ਚਿੱਠੀ ਤਾਂ ਪਾਓ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਕਿੱਥੇ ਆ ਮੈਨੂੰ ਐਡਰੈਸ ਦਾ ਨਹੀਂ ਪਤਾ ਉਹਨਾਂ ਨੂੰ ਪਤਾ ਨਹੀਂ ਕੀ ਨਫ਼ਰਤ ਹੈ ਹਿੰਦੁਸਤਾਨ 'ਤੇ ਵੀ ਤੁਸੀਂ ਚਿੱਠੀ ਤਾਂ ਪਾਓ ਉੱਦਾਂ ਤਾਂ ਸਟੋਰੀਆਂ ਸੁਣਾਉਂਦੇ ਹੋਣਗੇ ਆਪਣੇ ਬੱਚਿਆਂ ਨੂੰ ਵੀ ਸਾਨੂੰ ਉਹਨਾਂ ਨੇ ਤੋਰਿਆ ਸੀ ਸਹੀ ਸਲਾਮਤ ਜੋ ਚੰਗਾ ਨੇਕ ਕੰਮ ਕਰੂੰਗੇ ਉਹਦਾ ਫੈਲਾਓ ਵੀ ਹੁੰਦਾ ਨਹੀਂ ਬਈ ਬਹੁਤ ਵੱਡਾ ਕੰਮ ਕੀਤਾ ਤੁਸੀਂ ਐਕਚੁਲੀ ਨਾ ਮੈਂ ਸੋਚਦਾ ਇਹੀ ਸੀਗਾ ਤੁਸੀਂ ਮਿਲ ਗਿਆ ਮੈਨੂੰ ਮੈਂ ਸੋਚਦਾ ਜੇ 47 ਦੇ ਵਿੱਚ ਜਿਹਨਾਂ ਲੋਕਾਂ ਨੇ ਵਧੀਆ ਭੂਮਿਕਾ ਨਿਭਾਈ ਮਜ਼ਲੂਮਾਂ ਦੀ ਰੱਖਿਆ ਕੀਤੀ ਚਾਹੇ ਉੱਧਰ ਹਿੰਦੂਆਂ ਸਿੱਖਾਂ ਦੀ ਕੀਤੀ ਹੋਵੇ ਚਾਹੇ ਇੱਧਰ ਮੁਸਲਮਾਨਾਂ ਦੀ ਕੀਤੀ ਹੋਵੇ ਉਹਨਾਂ ਬੰਦਿਆਂ ਦਾ ਜ਼ਿਕਰ ਹੋਣਾ ਚਾਹੀਦਾ ਕਤਲਕਾਂਡ ਤਾਂ ਬਥੇਰੇ ਸੀ ਮਾੜੇ ਨੂੰ ਮਾਰਨ ਵਾਲੇ ਬਥੇਰੇ ਸੀ ਉਦੋਂ ਨਹੀਂ ਜੀ ਉਹ ਮਾੜੇ ਦਿਨ ਤਾਂ ਫਾਇਦਾ ਉਠਾਉਂਦੇ ਲੋਕ ਤੁਸੀਂ ਤਾਂ ਬਹੁਤ ਯੁੱਗ ਬਦਲਦਾ ਦੇਖਿਆ ਕੋਈ ਆਏ ਵੀ ਫਿਰ ਉਹਨਾਂ ਦੀ ਜ਼ਮੀਨ ਸਾਂਭਣ ਲਈ ਵੀ ਆਇਆ ਕੋਈ ਕਿਹੜੀ ਜਿਹੜੇ ਮੁਸਲਮਾਨ ਜ਼ਮੀਨ ਛੱਡ ਗਏ ਸੀ ਨਹੀਂ ਉਹ ਦੁਬਾਰਾ ਉਹ ਮੁਸਲਮਾਨ ਨਹੀਂ ਆਏ ਅਤੇ ਹੋਰ ਜਿਹੜੇ ਆਏ ਉਹ ਹਮਾਂ ਤਮਾਂ ਇੱਦਾਂ ਇੱਥੇ ਆਏ ਲੋਕ ਦੇਖ ਕੇ ਜ਼ਮੀਨ ਵੀ ਜ਼ਮੀਨ ਖਰੀ ਨਹੀਂ ਸਾਰੇ ਦੇ ਆਏ ਉਹ ਪਾਕਿਸਤਾਨ ਨੂੰ ਆਏ ਵੀ ਕਹਿੰਦੇ ਵਾਲ ਨੇੜੇ ਇੱਥੇ ਜ਼ਮੀਨ ਲੈ ਲਈ ਮਾੜੀ ਜ਼ਮੀਨ ਦੇਖ ਕੇ ਤਾਂ ਉਹ ਚਲੇ ਜਾਂਦੇ ਉੱਧਰ ਲੈ ਲੈਂਦੇ ਅੱਛਾ ਤੁਹਾਨੂੰ ਤੁਸੀਂ ਕਿਉਂਕਿ ਤੁਹਾਨੂੰ ਹੋਸ਼ ਸੀ ਚੱਕ ਗੁਜਰਾਂ ਵੀ ਮੁਸਲਮਾਨਾਂ ਦਾ ਸੀ ਹਾਂਜੀ ਪੂਰਾ ਗੁਜਰਾਂ ਦਾ ਹੈਦਰਾਬਾਦ ਹੈਦਰਾਬਾਦ ਨੇ ਉਹ ਰਲੇ ਮਿਲਿਆ ਸੀਗਾ ਤੁਸੀਂ ਜਾਣਦੇ ਸੀ ਹੈਦਰ ਵਾਲੀਆਂ ਨੂੰ ਵੀ ਹਾਂ ਅੱਛਾ 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 ਅਤੇ ਖਲਵਾਣਾ ਖਲਵਾਣਾ ਵੀ ਜਾਣਦੇ ਠੀਕ 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 ਅਤੇ ਤੁਸੀਂ ਹੁਣ ਇੱਕ ਹੋਰ ਗੱਲ ਦੱਸੋ ਪਾਕਿਸਤਾਨ ਬਣਨਾ ਚਾਹੀਦਾ ਸੀ ਦੇਖੋ ਜੀ ਇੱਥੇ ਜਿਹੜੇ ਲੀਡਰ 'ਤੇ ਬੈਠੇ ਆ ਉਹਨਾਂ ਦੀ ਗੱਲ ਪਾਕਿਸਤਾਨ ਦੀ ਸਾਨੂੰ ਤਾਂ ਕੋਈ ਜ਼ਰੂਰਤ ਨਹੀਂ ਸੀ ਨਹੀਂ ਠੀਕ ਹੈ ਠੀਕ ਹੈ ਵੀ ਉਹ ਵਿਚਾਰੇ ਸਾਨੂੰ ਕੀ ਕਹਿੰਦੇ ਸੀ ਮਿਹਨਤ ਕਰਕੇ ਰੋਟੀ ਖਾਂਦੇ ਮਿਹਨਤੀ ਬਹੁਤ ਸੀਗੇ ਅੱਛਾ ਜੀ ਇੱਦਾਂ ਦੀ ਸ਼ੱਕਰ ਬਣਾਉਂਦੇ ਸੀ ਜਿੱਦਾਂ ਦਾ ਹੈ ਨਾ ਆਟਾ ਹੁੰਦਾ ਚਿੱਟਾ ਪਤਾ ਨਹੀਂ ਕੀ ਪਾਉਂਦੇ ਮੁੜ ਕੇ ਉਹਦਾ ਦੀ ਸ਼ੱਕਰ ਨਹੀਂ ਬਣੀ ਹੋਣੀ ਮੁੜ ਕੇ ਸ਼ੱਕਰ ਨਹੀਂ ਬਣੀ ਉੱਦਾਂ ਦੀ ਸ਼ੱਕਰ ਬਣਾਉਂਦੇ ਨਹੀਂ ਇਹ ਲੋਕ ਤਾਂ ਸਾਡੇ ਇੰਨੇ ਬਦਮਾਸ਼ ਆ ਇਹ ਤਾਂ ਗੰਨੇ ਸੁੱਟ ਦਿੰਦੇ ਆ ਅਤੇ ਨਹੀਂ ਸ਼ੱਕਰ ਕੀ ਬਣਾ ਮਿਹਨਤੀ ਨਹੀਂ ਹੈ ਇਹ ਮਿਹਨਤੀ ਨਹੀਂ ਲੋਕ ਸਾਡੇ ਇਹ ਬਹੁਤ ਵੱਡੀ ਗੱਲ ਹੈ ਹਾਂਜੀ ਕੀ ਗੱਲ ਵੀ ਇਹ ਮਿਹਨਤੀ ਨਹੀਂ ਇਹ ਤਾਂ ਐਸ਼ ਕਰਦੇ ਆ ਐਸ਼ ਕਰਦੇ ਆ ਮਿਹਨਤ ਕਿੱਥੇ ਕਰਦੇ ਚਲੋ ਜੀ ਚਲੋ ਮੈਂ ਫਿਰ ਵੀ ਕਦੇ ਗੇੜਾ ਮਾਰੂੰਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਜੀ ਤੁਸੀਂ ਟਾਈਮ ਦਿੱਤਾ ਅਤੇ ਮੈਂ ਬਜ਼ੁਰਗਾਂ ਨੂੰ ਮਿਲ ਰਿਹਾ ਸੀਗਾ ਤੁਹਾਡੇ ਬਾਰੇ ਪਤਾ ਲੱਗਾ ਅਤੇ ਮੈਂ ਕਿਹਾ ਚਲੋ ਜੀ ਜ਼ਰੂਰ ਮਿਲਣਾ ਚਾਹੀਦਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ